बादबानी किश्ती मनमोहन बावा। उसने शराब खाने चवड़न तो पहला घरों आए खत नूं गुच्छा मुच्छा करके दूर वगा मारिया। तू आके की करेंगा, एवें 10-15 हज़ार रुपए खर्च हो जाणगे। अपने खूह दे लागे दा खेत विकरिया है, यही पैसे इत्थे भेज दे। उसने अपना ओवरकोट ला के बूहे कोल किल्ली ते टंग दिता। काउंटर ते खड़ी कुड़ी नूं पैसे फड़ाए ਅਤੇ ਬੀਅਰ ਦੀ ਬੋਤਲ ਚੁੱਕ ਕੇ ਮੇਜ਼ 'ਤੇ ਆ ਬੈਠਾ। ਬੀਰਾ ਅਤੇ ਅਸਲਮ ਪਹਿਲਾਂ ਹੀ ਮੇਜ਼ 'ਤੇ ਬੈਠੇ ਪੀ ਰਹੇ ਸਨ। ਸਾਲੀ ਅੱਜ ਫੇਰ ਮਿਲੀ ਸੀ, ਬੀਰਾ ਸੁਣਾ ਰਿਹਾ ਸੀ। ਬੜੀ ਜ਼ੋਰਦਾਰ ਚੀਜ਼ ਏ, ਮੈਂ ਕਿੰਨਾ ਚਿਰ ਉਸ ਦੇ ਹੱਥ 'ਚ ਹੱਥ ਪਾਈ ਘੁੰਮਦਾ ਰਿਹਾ, ਫਿਰ ਆਖਿਆ ਚੱਲ ਕਿਤੇ ਦੂਰ ਚੱਲਦੇ ਹਾਂ। ਉਹ ਮੇਰਾ ਭਾਵ ਸਮਝ ਗਈ। ਕਾਰ ਵਿੱਚ ਬੈਠ ਕੇ ਜਾ ਰਹੇ ਸਾਂ ਕਿ ਗੱਲਾਂ ਹੀ ਗੱਲਾਂ ਵਿੱਚ ਮੈਂ ਉਸਨੂੰ ਆਖਿਆ ਕਿ ਅੱਜ ਮੈਂ ਸਾਰੀ ਤਿਆਰੀ ਕਰਕੇ ਆਇਆਂ ਅਤੇ ਜੇਬ 'ਚੋਂ ਡੱਬੀ ਕੱਢ ਕੇ ਉਸਨੂੰ ਵਿਖਾ ਦਿੱਤੀ। ਪਰ ਪਤਾ ਨਹੀਂ ਕੀ ਹੋਇਆ, ਉਸਨੂੰ ਇੱਕਦਮ ਵਿਗੜ ਗਈ। ਅਖੇ ਤੂੰ ਮੈਨੂੰ ਇਹੋ ਜਿਹੀ ਕੁੜੀ ਸਮਝਿਆ ਹੋਇਆ ਏ, ਅਤੇ ਕਾਰ ਰੁਕਵਾ ਕੇ ਉਸੇ ਵੇਲੇ ਉੱਤਰ ਗਈ। ਓਏ ਉੱਲੂ ਦਿਆ ਪੱਠਿਆ, ਤੂੰ ਭਲਾ ਡੱਬੀ ਕਿਉਂ ਵਿਖਾਉਣੀ ਸੀ? ਤੀਵੀਂ ਦੇਸੀ ਹੋਵੇ ਜਾਂ ਵਲੈਤੀ, ਸ਼ਰੀਫ ਜਾਂ ਬਦਮਾਸ਼, ਪਰ ਇਸ ਤਰ੍ਹਾਂ ਦੀ ਗੱਲ ਬਰਦਾਸ਼ਤ ਨਹੀਂ ਕਰੇਗੀ, ਅਸਲਮ ਬੋਲਿਆ। ਪਰ ਭਲਾ ਮੈਂ ਕੀ ਕੀਤਾ? ਤੂੰ ਨਹੀਂ ਸਮਝੇਗਾ। ਫਿਰ ਅਸਲਮ ਹਰਜੀਤ ਵੱਲ ਵੇਖਦਾ ਹੋਇਆ ਬੋਲਿਆ, ਲੈ ਇੱਕ ਹੋਰ ਆ ਗਿਆ ਭੋਲੇਨਾਥ। ਅਖੇ ਸ਼ਰਾਬ ਨਹੀਂ ਪੀਣੀ, ਮਾਂ ਨਾਲ ਵਾਅਦਾ ਕਰਕੇ ਆਇਆ ਸਾਂ। ਜੇ ਇੱਥੇ ਆ ਕੇ ਸ਼ਰਾਬ ਨਾ ਪੀਤੀ, ਗੋਰੀਆਂ ਨਾਲ ਯਾਰੀਆਂ ਨਾਲ ਆਈਆਂ, ਤਾਂ ਲਾਹਣਾ ਤੇ ਆਪਣਾ ਘਰ ਛੱਡ ਕੇ ਇੱਥੇ ਆਉਣ ਵਾਲੇ ਤੇ। ਚੱਲ ਛੇਤੀ ਗਲਾਸ ਖਤਮ ਕਰ, ਘਰ ਚੱਲੀਏ, ਤੇਰੀ ਭਰਜਾਈ ਉਡੀਕ ਕਰਦੀ ਹੋਊ, ਬੀਰਾ ਬੋਲਿਆ। ਉਹ ਇਹਨਾਂ ਭਰਜਾਈਆਂ ਨੇ ਤੇ ਉਡੀਕਦਿਆਂ ਹੀ ਮਰ ਜਾਣਾ ਏ, ਤੇ ਅਸੀਂ ਇੱਥੇ ਓਵਰ ਟਾਈਮ ਲਾਉਂਦੇ ਹਾਂ। ਮੌਜਾਂ ਕਰਦੇ ਨੇ ਉਹ ਪਿੱਛੇ ਪਿੰਡਾਂ ਵਿੱਚ ਬੈਠੇ। ਫਿਰ ਕਦੋਂ ਜਾ ਰਿਹਾ ਹੈ ਪਿੰਡ? ਬੀਰੇ ਨੇ ਹਰਜੀਤ ਨੂੰ ਪੁੱਛਿਆ। ਐਸ ਹਫ਼ਤੇ ਦਾ ਪ੍ਰੋਗਰਾਮ ਸੀ, ਪਰ ਹੁਣ ਨਹੀਂ ਜਾ ਰਿਹਾ। ਘਰੋਂ ਖਾਤਾ ਆ ਗਿਆ ਹੋਊ, ਪੈਸੇ ਭੇਜ ਦੇ, ਆ ਕੇ ਕੀ ਕਰੇਗਾ? ਟਿਊਬਵੈੱਲ ਖਰਾਬ ਹੋ ਗਿਆ ਏ, ਅਤੇ ਲੈਣਾ ਹੁੰਦਾ ਏ ਫਰਿੱਜ ਜਾਂ ਟੈਲੀਵਿਜ਼ਨ। ਕੁਝ ਦੇਰ ਅਸਲਮ ਚੁੱਪ ਚਾਪ ਉਸ ਵੱਲ ਵੇਖਦਾ ਰਿਹਾ, ਅਤੇ ਫਿਰ ਬੜੇ ਗੰਭੀਰ ਲਹਿਜੇ ਵਿੱਚ ਬੋਲਿਆ, ਮੇਰੀ ਗੱਲ ਮੰਨ ਅਤੇ ਵਾਪਸ ਜਾਣ ਦਾ ਖਿਆਲ ਛੱਡ ਦੇ। ਜੋ ਹੈ ਉਸ ਦਾ ਆਨੰਦ ਲੈ, ਜੋ ਨਹੀਂ ਹੈ ਉਸ ਬਾਰੇ ਸੋਚ ਕੇ ਕੀ ਚਰਨਾ? ਫਿਰ ਇੱਥੇ ਥੋੜ੍ਹ ਕਾਹਦੀ ਏ, ਖੁੱਲ੍ਹਾ ਪੈਸਾ ਏ, ਆਪਣਾ ਮਕਾਨ ਏ, ਕਾਰ ਏ। ਕਸਮ ਨਾਲ ਪਾਕਿਸਤਾਨ 'ਚ ਹੁੰਦਾ ਸਾਂ ਤਾਂ ਬੱਚਿਆਂ ਨੇ ਕਦੀ ਸ਼ਰਬਤ ਵੀ ਪੀ ਕੇ ਨਹੀਂ ਸੀ ਵੇਖਿਆ। ਸੁੱਕੀ ਦਾਲ ਰੋਟੀ ਮਿਲ ਜਾਂਦੀ ਤਾਂ ਖੁਦਾ ਦਾ ਸ਼ੁਕਰ ਕਰਦੇ ਸਾਂ। ਇੱਥੇ ਆ ਕੇ ਹੁਣ ਬੱਚੇ ਜੂਸ ਪੀਂਦੇ ਨੇ, ਬ੍ਰੈਡਾਂ ਖਾਂਦੇ ਨੇ, ਹੋਰ ਕੀ ਚਾਹੀਦਾ ਏ? ਸਿਰਫ ਇਹੀ ਕੁਝ ਤੇ ਜ਼ਿੰਦਗੀ ਨਹੀਂ ਹੁੰਦੀ, ਹਰਜੀਤ ਨੇ ਆਖਿਆ। ਫਿਰ ਕਾਹਦੇ ਲਈ ਆ ਗਿਆ ਤੂੰ? ਅਸੀਂ ਤਾਂ ਚਮਾਰਾ ਕਮੀਨਾ ਵਿੱਚੋਂ ਸਾਂ, ਤੇਰੀ ਤੇ ਜ਼ਮੀਨ ਆਪਣੀ ਸੀ, ਨੌਕਰੀ ਸੀ। ਇਹੀ ਸੋਚਿਆ ਸੀ ਕਿ 2-3 ਸਾਲ ਬਾਹਰ ਰਹਿ ਕੇ ਖੁੱਲ੍ਹਾ ਅਤੇ ਆਜ਼ਾਦ ਜੀਵਾਂਗਾ, ਹਰਜੀਤ ਆਪਣੇ ਆਪ ਨੂੰ ਕਹਿ ਰਿਹਾ ਸੀ। ਨਵੇਂ ਅਨੁਭਵ ਅਤੇ ਕੁਝ ਪੈਸੇ ਲੈ ਕੇ ਵਾਪਸ ਆਵਾਂਗਾ, ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਾਂਗਾ। ਉਸ ਮਾਸਟਰੀ 'ਚ ਕੀ ਪਿਆ ਸੀ? ਇੱਕ ਇੱਕ ਕਰਕੇ 15 ਸਾਲ ਬੀਤ ਗਏ, ਕੀ ਖੱਟਿਆ, ਕੀ ਪਾਇਆ? ਇੱਕ ਮਕਾਨ ਜਿਸ ਦੀਆਂ ਅੱਧੀਆਂ ਕਿਸ਼ਤਾਂ ਬਾਕੀ ਹਨ, ਇੱਕ ਕਾਰ ਜਿਸ ਦੀਆਂ ਕਿਸ਼ਤਾਂ ਜਦ ਤੱਕ ਪੂਰੀਆਂ ਹੋਣਗੀਆਂ ਪੁਰਾਣੀ ਹੋ ਜਾਏਗੀ, ਸੁੱਟਣ ਲਾਇਕ, ਇੱਕ ਘਰਵਾਲੀ ਜਿਸ ਨੇ ਪਿਛਲੇ 8 ਸਾਲਾਂ ਵਿੱਚ ਇੱਕ ਇੱਕ ਕਰਕੇ 3 ਬੱਚਿਆਂ ਨਾਲ ਘਰ ਭਰ ਦਿੱਤਾ ਏ, ਜੋ ਮੱਖਣ ਆਈਸਕ੍ਰੀਮ ਖਾ ਖਾ ਕੇ ਮੋਟੀ ਹੁੰਦੀ ਜਾ ਰਹੀ ਏ। ਇੱਕ ਬੋਤਲ ਖਤਮ ਕਰਕੇ ਉਹ ਦੂਜੀ ਲੈ ਆਇਆ। ਥੋੜ੍ਹਾ ਥੋੜ੍ਹਾ ਨਸ਼ਾ ਆਉਣ ਲੱਗਾ ਸੀ। ਉਸਨੂੰ ਆਪਣੇ ਪਿੰਡ ਦੇ ਖੇਤ, ਖੂਹ 'ਤੇ ਕੁੱਤੇ ਦੀ ਟਕ ਟਕ ਦੀ ਆਵਾਜ਼, ਪਗਡੰਡੀ 'ਤੇ ਚੱਲਦਾ ਸਾਈਕਲ ਦਾ ਪਹੀਆ, ਅਤੇ ਕਲਕੱਤੇ ਤੋਂ ਵਾਪਸ ਆਉਂਦਿਆਂ ਗੱਡੀ ਵਿੱਚ ਗੰਗਾ ਦਾ ਪੁਲ ਪਾਰ ਕਰਦਿਆਂ ਉਹ ਬਾਦਬਾਨੀ ਕਿਸ਼ਤੀ ਯਾਦ ਆ ਗਈ। ਉਸ ਬਾਦਬਾਨੀ ਕਿਸ਼ਤੀ ਵਿੱਚ ਇੱਕ ਨੌਜਵਾਨ ਨੀਲੀ ਕਮੀਜ਼ ਪਾਈ ਬਾਦਬਾਨ ਦੇ ਸਤੂਲ ਨੂੰ ਫੜੀ ਖੜਾ ਏ। ਬੇੜੀ ਦੇ ਦੂਜੇ ਸਿਰੇ 'ਤੇ ਇੱਕ ਮੁਟਿਆਰ ਖੜੀ ਏ, ਜਿਸ ਦੀ ਲਾਲ ਸਾੜੀ ਦਾ ਪੱਲਾ ਹਵਾ ਨਾਲ ਫੜਫੜਾ ਰਿਹਾ ਏ। ਉਦੋਂ ਉਸਨੂੰ ਲੱਗਿਆ ਸੀ ਜਿਵੇਂ ਲਹਿਰਾਂ 'ਤੇ ਝੂਮਦੀ ਕਿਸ਼ਤੀ ਵਿੱਚ ਖੜ੍ਹਾ ਆਦਮੀ ਉਹ ਆਪ ਹੋਵੇ, ਅਤੇ ਲਾਲ ਸਾੜੀ ਪਾਈ ਖੁੱਲ੍ਹੇ ਵਾਲਾਂ ਵਾਲੀ ਕੁੜੀ। ਬਾਦਬਾਨੀ ਕਿਸ਼ਤੀ ਬਾਰੇ ਸੋਚਦਿਆਂ ਉਸਨੂੰ ਇੰਦੂ ਦਾ ਖਿਆਲ ਆ ਗਿਆ। ਇੰਦੂ ਨਾਲ ਉਸਦੀ ਮੁਲਾਕਾਤ ਇੰਡੀਆ ਡੇ ਵਾਲੇ ਦਿਨ ਹੋਈ ਸੀ, ਜਦ ਉਸਨੇ ਆਪਣੇ ਪਿੰਡ ਬਾਰੇ ਇੱਕ ਬੜੀ ਭਾਵੁਕ ਕਵਿਤਾ ਪੜ੍ਹੀ ਸੀ। ਜਲਸੇ ਤੋਂ ਬਾਅਦ ਇੰਦੂ ਨੇ ਉਸਨੂੰ ਇੰਨੀ ਵਧੀਆ ਕਵਿਤਾ ਪੜ੍ਹਨ ਦੀ ਵਧਾਈ ਦਿੱਤੀ। ਹਰਜੀਤ ਨੇ ਵੇਖਿਆ ਕਿ ਉਸਦੇ ਪਿੱਛੇ ਉਸਦਾ ਘਰਵਾਲਾ ਵੀ ਖੜ੍ਹਾ ਸੀ, ਕੁਝ ਇਸ ਤਰ੍ਹਾਂ ਜਿਵੇਂ ਲਿਸ਼ਕਦੀ ਨਵੇਂ ਮਾਡਲ ਦੀ ਕਾਰ ਕੋਲ ਉਸਦਾ ਡਰਾਈਵਰ ਖੜ੍ਹਾ ਹੋਵੇ।
ਕਵਿਤਾ ਪੜ੍ਹਨ ਤੋਂ ਬਾਅਦ ਹਰਜੀਤ ਬੜੇ ਚੰਗੇ ਮੂਡ ਵਿੱਚ ਸੀ। ਥੋੜ੍ਹੀ ਦੇਰ ਦੀ ਇਸ ਮੁਲਾਕਾਤ ਵਿੱਚ ਉਸਨੇ ਇੰਦੂ ਨੂੰ ਖੂਬ ਪ੍ਰਭਾਵਿਤ ਕਰ ਲਿਆ ਅਤੇ ਇੰਦੂ ਨੇ ਉਸਨੂੰ ਅਗਲੇ ਐਤਵਾਰ ਡਿਨਰ 'ਤੇ ਆਉਣ ਦੀ ਦਾਵਤ ਵੀ ਦੇ ਦਿੱਤੀ ਅਤੇ ਫਿਰ ਉਸ ਦੇ ਸਾਰੇ ਐਤਵਾਰ ਸਾਰੀਆਂ ਸ਼ਾਮਾਂ ਇੰਦੂ ਨਾਲ ਬੀਤਣ ਲੱਗੀਆਂ। ਰਾਤ ਦੇ ਹਨੇਰੇ ਵਿੱਚ ਉਹ ਥੀਏਟਰਾਂ, ਪਾਰਕਾਂ ਅਤੇ ਸਮੁੰਦਰ ਦੇ ਕੰਢਿਆਂ 'ਤੇ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾਈ ਘੁੰਮਦੇ ਰਹੇ। ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਖੁੱਲ੍ਹ ਕੇ ਜੀ ਰਿਹਾ ਸੀ। ਪਹਿਲੀ ਵਾਰ ਉਸਨੂੰ ਇੰਨੇ ਪਿਆਰ ਅਤੇ ਸੰਪੂਰਨਤਾ ਦਾ ਅਨੁਭਵ ਹੋਇਆ ਸੀ। ਉਸਨੇ ਇੰਦੂ ਦੀਆਂ ਚਮਕਦੀਆਂ ਚੰਚਲ ਅੱਖਾਂ ਵੱਲ ਵੇਖਦੇ ਹੋਏ ਕਿਹਾ ਸੀ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਵਰਗੀ ਕੁੜੀ ਮੇਰੇ ਨਾਲ ਇੰਝ ਹੀ ਵਾਪਰਦਾ ਆਇਆ ਏ। ਕੋਸ਼ਿਸ਼ ਕੀਤਿਆਂ ਮੈਨੂੰ ਕਦੀ ਕੁਝ ਨਹੀਂ ਮਿਲਿਆ। ਇੱਕ ਦਿਨ ਇੰਦੂ ਨੇ ਆਖਿਆ, ਮੇਰੀ ਇੱਕ ਅੰਗਰੇਜ਼ੀ ਸਹੇਲੀ ਏ, ਉਸਦੇ ਦੋਸਤ ਕੋਲ ਇੱਕ ਸਮੁੰਦਰੀ ਕਿਸ਼ਤੀ ਏ, ਮੈਂ ਉਸ ਤੋਂ ਕਿਸ਼ਤੀ ਮੰਗ ਲਵਾਂਗੀ ਅਤੇ ਅਗਲੇ ਐਤਵਾਰ ਅਸੀਂ ਦੋਵੇਂ ਉਸ ਬੋਟ 'ਚ ਸਮੁੰਦਰ ਦੀ ਸੈਰ ਕਰਨ ਚੱਲਾਂਗੇ। ਉਸ ਕਿਸ਼ਤੀ ਵਿੱਚ ਬਾਦਬਨ ਵੀ ਹੋਣਗੇ? ਨਹੀਂ, ਉਹ ਜੈੱਟ ਬੋਟ ਏ, ਬਹੁਤ ਤੇਜ਼ ਚੱਲਣ ਵਾਲੀ, ਲਹਿਰਾਂ ਨੂੰ ਚੀਰਦੀ ਹੋਈ ਸ਼ੂ ਕਰਕੇ। ਮੈਨੂੰ ਬਾਦਬਾਨੀ ਕਿਸ਼ਤੀ ਬਹੁਤ ਚੰਗੀ ਲੱਗਦੀ ਏ, ਹੌਲੀ ਹੌਲੀ ਚੱਲਦੀ, ਸਮੁੰਦਰ ਦੀਆਂ ਲਹਿਰਾਂ ਨਾਲ ਉੱਪਰ ਥੱਲੇ ਹੁੰਦੀ। ਮੈਨੂੰ ਲਹਿਰਾਂ ਨੂੰ ਚੀਰ ਕੇ ਤੇਜ਼ ਹਵਾ ਨਾਲ ਗੱਲਾਂ ਕਰਦੀ ਜੈੱਟ ਬੋਟ ਚੰਗੀ ਲੱਗਦੀ ਏ। ਇੱਥੋਂ ਦੀ ਹਰ ਚੀਜ਼ ਬੜੀ ਫਾਸਟ ਏ ਜੀਵਨ ਵਾਂਗ। ਤੂੰ ਕੱਲ੍ਹ ਲਾਲ ਸਾੜੀ ਪਾ ਕੇ ਆਈ ਫਿਰ? ਹਰਜੀਤ ਨੇ ਕਿਹਾ ਸੀ। ਚੰਗਾ, ਮੈਂ ਲਾਲ ਸਾੜੀ ਤਾਂ ਨਹੀਂ ਪਰ ਲਾਲ ਵਿੰਚੀਟਰ ਪਾ ਕੇ ਆਵਾਂਗੀ। ਪਰ ਉਹ ਐਤਵਾਰ ਆਇਆ ਅਤੇ ਲੰਘ ਗਿਆ। ਇੰਦੂ ਸਾਗਰ ਕੰਢੇ ਜੈੱਟ ਬੋਟ ਕੋਲ ਲਾਲ ਵਿੰਚੀਟਰ ਪਾਈ ਖੜੀ ਰਹੀ ਅਤੇ ਹਰਜੀਤ ਨੀਲੀ ਕਮੀਜ਼ ਪਾਈ ਘਰ ਬੈਠਾ ਰਿਹਾ। ਉਸਦੀ ਘਰਵਾਲੀ ਨੇ ਕਿਹਾ ਸੀ, ਜੇ ਉਸ ਚੁੜੇਲ ਨੂੰ ਫੇਰ ਮਿਲੋਗੇ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ। ਅਤੇ ਆਖਰ ਉਸਨੇ ਹਰਜੀਤ ਨੂੰ ਬੱਚਿਆਂ ਦੀ ਸਹੁੰ ਚੁਕਾ ਕੇ ਰੋਕ ਲਿਆ ਸੀ। ਅਤੇ ਜਦ ਉਸਦੀ ਘਰਵਾਲੀ ਆਪਣੇ ਤਿੰਨ ਬੱਚਿਆਂ ਨੂੰ ਨੁਹਾ ਸੁਆ ਕੇ ਘਰਾੜੇ ਮਾਰ ਰਹੀ ਹੁੰਦੀ ਤਾਂ ਉਹ ਹਨੇਰੇ ਵਿੱਚ ਬੈਠਾ ਆਪਣੇ ਬੀਤੇ ਦਿਨਾਂ ਬਾਰੇ ਸੋਚਦਾ ਰਹਿੰਦਾ। ਸਾਰਾ ਜੀਵਨ ਇੱਕ ਮਸ਼ੀਨ, ਇੱਕ ਰੇਲ ਗੱਡੀ ਵਾਂਗ ਹੋ ਗਿਆ ਸੀ, ਜੋ ਸਮੇਂ ਸਿਰ ਸਟੇਸ਼ਨ ਤੋਂ ਤੁਰਦੀ, ਰਸਤੇ ਦੀਆਂ ਸਵਾਰੀਆਂ ਢੋਂਦੀ ਅਤੇ ਮੁੜ ਆਪਣੇ ਸਟੇਸ਼ਨ 'ਤੇ ਵਾਪਸ ਆ ਜਾਂਦੀ ਏ। ਉਸ ਨੂੰ ਇੱਥੇ ਦੇ ਜੀਵਨ, ਇੱਥੋਂ ਦੇ ਮਾਹੌਲ ਵਿੱਚ ਅਜੀਬ ਜਿਹੀ ਘੁਟਨ ਅਨੁਭਵ ਹੁੰਦੀ, ਲੰਡਨ ਦੇ ਠੰਡੇ, ਗਿੱਲੇ ਅਤੇ ਉਦਾਸ ਮੌਸਮ ਵਾਂਗ। ਕਿਹੋ ਜਿਹੇ ਲੋਕ ਨੇ, ਹਰ ਇੱਕ ਨੂੰ ਆਪਣੇ ਆਪ ਨਾਲ ਮਤਲਬ। ਕਿੰਨੀ ਤੇਜ਼ ਜ਼ਿੰਦਗੀ ਏ, ਜਿਉਣ ਦਾ ਇਸ ਬਾਰੇ ਸੋਚਣ ਦਾ ਵੀ ਵੇਲ ਨਹੀਂ ਮਿਲਦਾ। ਅਤੇ ਉਸ ਦਾ ਜੀ ਕਰਦਾ ਕਿ ਛੇਤੀ ਹੀ ਉਹ ਇਸ ਮਾਹੌਲ ਨੂੰ ਛੱਡ ਕੇ ਕਿਤੇ ਦੂਰ ਚਲਿਆ ਜਾਏ, ਇੱਕ ਨਵੀਂ ਜ਼ਿੰਦਗੀ ਦੀ ਤਲਾਸ਼ ਵਿੱਚ। ਉਸ ਦੇ ਇੱਕ ਦੋਸਤ ਨੇ ਇੱਥੋਂ ਜਾ ਕੇ ਜਲੰਧਰ ਇੱਕ ਨਿੱਕਾ ਜਿਹਾ ਪ੍ਰੈਸ ਲਾ ਲਿਆ ਸੀ। ਉਸ ਦਾ ਕਦੀ ਕਦੀ ਖਤ ਆ ਜਾਂਦਾ। ਉਹ ਲਿਖਦਾ, ਆਪਣਾ ਮਕਾਨ, ਕਾਰ ਵਗੈਰਾ ਵੇਚ ਕੇ ਪੈਸੇ ਇਕੱਠੇ ਕਰਕੇ ਆ ਜਾ। ਉਸ ਦਾ ਦਿਲ ਕਰਦਾ ਉਹ ਵਾਪਸ ਚਲਾ ਜਾਏ, ਉਸ ਨਾਲ ਪ੍ਰੈਸ 'ਚ ਕੰਮ ਕਰੇ, ਕਵਿਤਾ ਲਿਖੇ, ਕੋਈ ਪੰਜਾਬੀ ਦਾ ਪਰਚਾ ਕੱਢੇ। ਇਹੀ ਸੋਚ ਕੇ ਤਾਂ ਉਹ ਘਰੋਂ ਤੁਰਿਆ ਸੀ। ਉਸਨੇ ਆਪਣੇ ਪਿਓ ਨੂੰ ਇਸ ਬਾਰੇ ਲਿਖਿਆ। ਪਿਓ ਨੇ ਸਲਾਹ ਦਿੱਤੀ ਕਿ ਉਹ ਵਾਪਸ ਆਉਣ ਦੀ ਮੂਰਖਤਾ ਨਾ ਕਰੇ। ਇੱਥੇ ਕੀ ਪਿਆ ਏ, ਥਾਂ ਥਾਂ 'ਤੇ ਬੇਈਮਾਨੀ, ਗਰੀਬੀ ਅਤੇ ਬੇਕਾਰੀ। ਪਰ ਅੰਦਰੋਂ ਅੰਦਰ ਉਹਨਾਂ ਨੂੰ ਇਹ ਡਰ ਸੀ ਕਿ ਜੇ ਵਾਪਸ ਆ ਗਿਆ ਤਾਂ ਉਹਨਾਂ ਦੀ ਟਕਸਾਲ ਬੰਦ ਹੋ ਜਾਏਗੀ, ਉਲਟਾ ਜ਼ਮੀਨ 'ਚੋਂ ਆਪਣਾ ਹਿੱਸਾ ਮੰਗੇਗਾ। ਹਰਜੀਤ ਨੇ ਆਪਣੀ ਘਰਵਾਲੀ ਤੋਂ ਪੁੱਛਿਆ ਤਾਂ ਉਸਨੇ ਵੀ ਸਾਫ਼ ਇਨਕਾਰ ਕਰ ਦਿੱਤਾ, ਆਪਾਂ ਇੱਥੇ ਹੀ ਠੀਕ ਹਾਂ। ਸ਼ਰਾਬਖਾਨੇ ਵਿੱਚ ਹੁਣ ਕਾਫ਼ੀ ਭੀੜ ਹੋ ਗਈ ਸੀ। ਕੁਝ ਜਾਣੇ ਅਣਜਾਣੇ ਚਿਹਰੇ ਮੇਜ਼ ਕੁਰਸੀਆਂ 'ਤੇ ਬੈਠੇ ਦਿਸ ਰਹੇ ਸਨ, ਹਰਜੀਤ ਵਾਂਗ ਗੁੰਮਸੁੰਮ ਜਿਹੇ। ਇੱਕ ਮਧਰੇ ਜਿਹੇ ਕੱਦ ਦਾ ਆਦਮੀ ਉਸ ਦੇ ਸਾਹਮਣੇ ਰੰਮ ਦੀ ਬੋਤਲ ਲੈ ਕੇ ਬੈਠ ਗਿਆ। ਹਰਜੀਤ ਨੇ ਸਿਰ ਉਤਾਂਹ ਕਰਕੇ ਵੇਖਿਆ, ਇਹ ਬਸੰਤਾ ਸੀ, ਇੰਦੂ ਦਾ ਘਰਵਾਲਾ, ਜੋ ਘਰੋਂ ਰੋਟੀ ਖਾ ਕੇ ਹੁਣ ਸ਼ਾਇਦ ਰਾਤ ਨੂੰ ਓਵਰ ਟਾਈਮ ਲਾਉਣ ਜਾ ਰਿਹਾ ਸੀ। ਦੋਹਾਂ ਨੂੰ ਇੱਕੋ ਮੇਜ਼ 'ਤੇ ਬੈਠਿਆਂ ਵੇਖ ਕੇ ਸਾਰੇ ਉਹਨਾਂ ਵੱਲ ਵੇਖਣ ਲੱਗੇ। ਕਈਆਂ ਨੂੰ ਇੰਦੂ ਅਤੇ ਹਰਜੀਤ ਦੇ ਸੰਬੰਧਾਂ ਬਾਰੇ ਪਤਾ ਸੀ ਅਤੇ ਸ਼ਾਇਦ ਬਸੰਤਾ ਵੀ ਇਸ ਬਾਰੇ ਬਿਲਕੁਲ ਅਣਜਾਣ ਨਹੀਂ ਸੀ। ਅੱਜ ਅਚਾਨਕ ਉਸਨੂੰ ਆਪਣੇ ਸਾਹਮਣੇ ਬੈਠਾ ਵੇਖ ਕੇ ਹਰਜੀਤ ਨੂੰ ਕੁਝ ਹੈਰਾਨੀ ਹੋਈ। ਉਸ ਨੂੰ ਇੰਦੂ ਨੂੰ ਮਿਲਿਆ 7-8 ਮਹੀਨੇ ਹੋ ਗਏ ਸਨ। ਉਸ ਦਾ ਜੀ ਕੀਤਾ ਕਿ ਉਹ ਇਸ ਤੋਂ ਇੰਦੂ ਦਾ ਹਾਲ ਚਾਲ ਪੁੱਛੇ। ਓਵਰ ਟਾਈਮ ਲਾਉਣ ਜਾ ਰਿਹਾ ਏ? ਹਰਜੀਤ ਨੇ ਪੁੱਛਿਆ। ਹਾਂ, ਹੋਰ ਕੀ ਹਾਲ ਏ, ਸਭ ਠੀਕ ਏ ਘਰ ਵਿੱਚ? ਬਸ ਠੀਕ ਹੀ ਏ। ਤੂੰ ਕਿਵੇਂ ਹੈ, ਪਿੰਡ ਕਦੋਂ ਜਾਣਾ ਏ? ਮੈਂ ਤੇ 10 ਕਿੱਲੇ ਹੋਰ ਜ਼ਮੀਨ ਲੈ ਲੈਣੀ ਏ। ਅੱਜ ਕੱਲ੍ਹ ਇੱਥੇ ਵੀ ਮਹਿੰਗਾਈ ਵੱਧ ਗਈ ਏ, ਪੈਸਾ ਓਵਰ ਟਾਈਮ ਬਿਨਾਂ ਨਹੀਂ ਬਣਦਾ। ਇੰਦੂ ਨੂੰ ਤਾਂ ਤੂੰ ਜਾਣਦਾ ਹੀ ਏ, ਆਪਣੀ ਸਾਰੀ ਤਨਖਾਹ ਆਪਣੇ 'ਤੇ ਹੀ ਉਡਾ ਦਿੰਦੀ ਏ।
ਜਦੋਂ 30-40 ਕਿੱਲੇ ਹੋ ਗਏ ਤਾਂ ਵਾਪਸ ਜਾ ਕੇ ਮੌਜ ਨਾਲ ਰਹਾਂਗਾ। ਖੇਤਾਂ ਵਿੱਚ ਆਪਣੀ ਕੋਠੀ ਬਣਾ ਲਵਾਂਗਾ। ਤੂੰ ਆਇਆ ਨਹੀਂ ਕਾਫ਼ੀ ਦੇਰ ਤੋਂ ਸਾਡੇ ਘਰ? ਬਸੰਤੇ ਨੇ ਚੱਖਦੇ ਚੱਖਦੇ ਆਖਿਆ। ਸਭ ਜਾਣਦੇ ਸਨ ਕਿ ਬਸੰਤੇ ਨੇ ਪਿੰਡ ਜ਼ਮੀਨ ਖਰੀਦਦਿਆਂ ਰਹਿ ਜਾਣਾ ਏ ਅਤੇ ਆਖਰ ਇੱਥੇ ਹੀ ਮਰ ਜਾਣਾ ਏ। ਬਸ ਅਚਾਨਕ ਇੱਕ ਦਿਨ ਹਾਰਟ ਫੇਲ ਹੋ ਜਾਏਗਾ, ਗੁਸਲਖਾਨੇ ਵਿੱਚ ਨਹਾਉਂਦਿਆਂ ਅਤੇ ਜਾਂ ਬੱਸ ਤੋਂ ਉਤਰਨ ਚੜ੍ਹਨ ਲੱਗਿਆਂ। ਹਰਜੀਤ ਨੂੰ ਲੱਗਿਆ ਬਸੰਤਾ ਕੁਝ ਉਖੜਿਆ ਉਖੜਿਆ ਅਤੇ ਉਦਾਸ ਦਿਸ ਰਿਹਾ ਏ। ਕੁਝ ਕਹਿਣਾ ਚਾਹੁੰਦਾ ਏ ਪਰ ਕਹਿ ਨਹੀਂ ਰਿਹਾ। ਕਿੰਨੀ ਦੇਰ ਚੁੱਪ ਚਾਪ ਰੰਮ ਪੀਂਦਾ ਰਿਹਾ, ਫਿਰ ਬੋਲਿਆ, ਅੱਛਾ ਮੈਂ ਚੱਲਦਾ ਹਾਂ, ਫੇਰ ਆਈ ਕਿਸੇ ਦਿਨ ਤੇਰੇ ਨਾਲ ਬੈਠ ਕੇ। ਅੱਛਾ ਤੂੰ ਆਈ ਜ਼ਰੂਰ। ਉਸ ਦੇ ਜਾਣ ਤੋਂ ਬਾਅਦ ਉਹ ਫਿਰ ਇੰਦੂ ਬਾਰੇ ਸੋਚਣ ਲੱਗ ਪਿਆ। ਉਹ ਆਖਿਆ ਕਰਦੀ ਸੀ, ਅਸੀਂ ਕਮਾਉਂਦੇ ਅਤੇ ਰਹਿੰਦੇ ਇੰਗਲੈਂਡ ਵਿੱਚ ਹਾਂ, ਪਰ ਸਾਡੇ ਵਿਚਾਰ ਅਤੇ ਸਾਡਾ ਖਰਚਣ ਦਾ ਢੰਗ ਹਿੰਦੁਸਤਾਨ ਵਾਲਾ ਹੀ ਏ। ਜੇ ਇੱਥੇ ਹੀ ਰਹਿਣਾ ਏ ਤਾਂ ਇੱਥੋਂ ਦੇ ਲੋਕਾਂ ਵਾਂਗ ਹੀ ਕਿਉਂ ਨਾ ਰਹੋ। ਸਾਹਮਣੇ ਮੇਜ਼ 'ਤੇ ਬੋਤਲ ਵਿੱਚ ਬਸੰਤੇ ਦੀ ਛੱਡੀ ਹੋਈ ਰੰਮ ਪਈ ਸੀ। ਹਰਜੀਤ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸਨੇ ਉਹ ਬਚੀ ਹੋਈ ਰੰਮ ਗਲਾਸ ਵਿੱਚ ਉਲਟਾ ਲਈ ਅਤੇ ਇੱਕੋ ਵਾਰ ਵਿੱਚ ਹੀ ਪੀ ਗਿਆ। ਰੰਮ ਗਲੇ ਦੇ ਥੱਲੇ ਉਤਰਦਿਆਂ ਹੀ ਉਹਨੂੰ ਲੱਗਿਆ ਜਿਵੇਂ ਉਸ ਦੇ ਮਾਂ ਨਾਲ ਕੀਤੇ ਵਾਅਦੇ ਅਤੇ ਹੋਰ ਕਈ ਕੁਝ ਉਸ ਤੋਂ ਟੁੱਟ ਕੇ ਦੂਰ ਡਿੱਗ ਪਏ ਹਨ। ਉਹ ਆਪਣੇ ਆਪ ਵਿੱਚ ਇੱਕ ਨਵਾਂ ਜੀਵਨ, ਇੱਕ ਨਵੀਂ ਰੌਹ ਅਨੁਭਵ ਕਰਨ ਲੱਗਾ। ਅਚਾਨਕ ਉਹ ਉੱਠਿਆ, ਕਿੱਲੀ ਤੋਂ ਆਪਣਾ ਓਵਰਕੋਟ ਚੁੱਕਿਆ ਅਤੇ ਕਾਰ 'ਚ ਬੈਠ ਕੇ ਇੰਦੂ ਦੇ ਘਰ ਵੱਲ ਚੱਲ ਪਿਆ। ਇੰਦੂ ਨੂੰ ਮਿਲਣ ਦੀ ਤੀਬਰ ਇੱਛਾ ਉਸ ਦੇ ਮਨ ਵਿੱਚ ਉਤਪੰਨ ਹੋ ਉੱਠੀ ਸੀ। ਉਹ ਇਸ ਵੇਲੇ ਘਰ ਵਿੱਚ ਇਕੱਲੀ ਹੋਵੇਗੀ, ਸ਼ਾਇਦ ਰਾਤ ਨੂੰ ਸੌਣ ਵਾਲੇ ਕੱਪੜੇ ਪਾਏ ਹੋਣ ਜਿਸ 'ਚੋਂ ਉਸ ਦਾ ਮਖਮਲੀ ਸਰੀਰ ਝਾਕ ਰਿਹਾ ਹੋਵੇਗਾ। ਮੈਂ ਬੂਹੇ ਦੀ ਘੰਟੀ ਵਜਾਵਾਂਗਾ, ਉਹ ਕੌਣ ਹੈ ਕਹਿ ਕੇ ਅਣਮਨੀ ਜਿਹਾ ਬੂਹਾ ਖੋਲ੍ਹੇਗੀ ਅਤੇ ਅਚਾਨਕ ਮੈਨੂੰ ਸਾਹਮਣੇ ਵੇਖ ਕੇ, ਜੇ ਇੱਥੇ ਰਹਿਣਾ ਹੀ ਏ ਤਾਂ ਇੱਥੋਂ ਦੇ ਲੋਕਾਂ ਵਾਂਗ। ਉਸਨੇ ਬੂਹੇ ਦੀ ਘੰਟੀ ਵਜਾਈ, ਬੂਹਾ ਖੁੱਲ੍ਹਾ ਅਤੇ ਇੰਦੂ ਉਸ ਦੇ ਸਾਹਮਣੇ ਇੰਜ ਕੱਪੜੇ ਪਾਈ ਖੜੀ ਸੀ ਜਿਵੇਂ ਕਿਤੇ ਬਾਹਰ ਜਾਣ ਲਈ ਤਿਆਰ ਹੋਵੇ। ਹਾਏ ਜੀਤ, ਅੱਜ ਅਚਾਨਕ ਕਿਸ ਤਰ੍ਹਾਂ? ਇੰਦੂ ਨੇ ਵਲੈਤੀ ਅੰਦਾਜ਼ ਨਾਲ ਪੁੱਛਿਆ। ਬਸ ਇੰਜ ਹੀ, ਤੈਨੂੰ ਮਿਲਣ ਨੂੰ ਜੀ ਕਰ ਆਇਆ। ਓਹ, ਮੈਨੂੰ ਅੰਦਰ ਆਉਣ ਲਈ ਨਹੀਂ ਕਹੇਂਗੀ? ਕਿਤੇ ਬਾਹਰ ਜਾਣ ਲਈ ਤਿਆਰ ਹੋ ਰਹੀ ਹੈ ਸ਼ਾਇਦ? ਹਾਂ ਜੀਤ, ਆਈ ਐਮ ਸੌਰੀ, ਮੈਂ ਤੈਨੂੰ ਇਸ ਵੇਲੇ ਐਂਟਰਟੇਨ ਨਹੀਂ ਕਰ ਸਕਾਂਗੀ। ਖੈਰ ਅੰਦਰ ਲੰਘ ਆ, ਬਾਹਰ ਠੰਡ ਏ, ਮੈਂ ਇੱਕ ਕੱਪ ਗਰਮ ਕਾਫੀ ਬਣਾ ਕੇ ਲਿਆਉਂਦੀ ਹਾਂ, ਉਹ ਅੰਦਰ ਜਾਂਦੀ ਹੋਈ ਬੋਲੀ। ਪਰ ਹਰਜੀਤ ਉਸ ਦੇ ਪਿੱਛੇ ਨਹੀਂ ਗਿਆ, ਉਹ ਸਿਰਫ ਕਾਫੀ ਪੀਣ ਲਈ ਤੇ ਨਹੀਂ ਸੀ ਆਇਆ। ਚੰਗਾ, ਮੈਂ ਫੇਰ ਕਦੀ ਆਵਾਂਗਾ, ਉਸਨੇ ਬੂਹੇ 'ਚ ਖੜ੍ਹੇ ਖੜ੍ਹੇ ਆਖਿਆ। ਅੱਛਾ, ਫਿਰ ਇੰਝ ਕਰਦੇ ਹਾਂ ਕਿ ਮੈਂ ਤੇਰੀ ਕਾਰ ਵਿੱਚ ਤੇਰਾ ਕੁਝ ਸਾਥ ਦੇ ਦਿੰਦੀ ਹਾਂ, ਮੈਨੂੰ ਜ਼ਰਾ ਸੀ ਸ਼ੋਰ ਤੱਕ ਛੱਡ ਦੇਣਾ, ਤੁਹਾਡੇ ਰਸਤੇ ਵਿੱਚ ਹੀ ਹੈ। ਉਹ ਦੋਵੇਂ ਕਾਰ ਵਿੱਚ ਬੈਠ ਗਏ। ਕਾਰ ਧੁੰਦਿਆਲੇ ਹਨੇਰੇ ਵਿੱਚ ਅੱਗੇ ਵੱਧਦੀ ਗਈ। ਇੱਕ ਦੋ ਵਾਰੀ ਹਰਜੀਤ ਨੇ ਕੁਝ ਕਹਿਣ ਦਾ ਯਤਨ ਕੀਤਾ, ਇੱਕ ਦੋ ਵਾਰੀ ਇੰਦੂ ਨੇ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕਿਆ ਜਿਵੇਂ ਕਹਿ ਰਹੀ ਹੋਵੇ, ਮੈਂ ਤੇ ਲਾਲ ਜਰਸੀ ਪਾ ਕੇ ਤੇਰੀ ਉਡੀਕ ਕਰਦੀ ਰਹੀ, ਇਹ ਜੀਵਨ ਲਹਿਰਾਂ ਦੇ ਸਹਾਰੇ ਚੱਲਦੀ ਬਾਦਬਾਨੀ ਕਿਸ਼ਤੀ ਵਾਂਗ ਨਹੀਂ, ਜੈੱਟ ਬੋਟ ਵਾਂਗ ਹੈ, ਸ਼ੂ ਕਰਦੀ, ਲਹਿਰਾਂ ਨੂੰ ਚੀਰਦੀ ਹੋਈ, ਵੇਗ ਭਰਪੂਰ। ਬਸ ਇੱਥੇ ਹੀ ਰੋਕ ਦਿਓ, ਥੈਂਕ ਯੂ ਵੈਰੀ ਮੱਚ, ਬੁਰਾ ਨਾ ਮਨਾਉਣਾ। ਅੱਛਾ, ਬਾਏ ਬਾਏ, ਫਿਰ ਕਦੀ ਆਉਣਾ? ਉਹ ਤੇਜ਼ ਤੇਜ਼ ਪੈਰ ਚੁੱਕਦੀ ਹੋਈ ਸੀ ਸਾਈਡ ਕੈਫੇ ਵੱਲ ਤੁਰ ਗਈ। ਥੋੜ੍ਹੀ ਅੱਗੇ ਜਾ ਕੇ ਹਰਜੀਤ ਨੇ ਸਮੁੰਦਰ ਦੇ ਕੰਢੇ ਕਾਰ ਰੋਕ ਲਈ ਅਤੇ ਉਹ ਉਤਰ ਕੇ ਰੇਤ ਉੱਤੇ ਤੁਰਨ ਲੱਗਾ। ਉਸਨੂੰ ਲੱਗਿਆ ਜਿਵੇਂ ਉਹ ਬਹੁਤ ਥੱਕ ਗਿਆ ਏ, ਜਿਵੇਂ ਬਹੁਤ ਲੰਮਾ ਪੈਂਡਾ ਤੈਅ ਕਰਕੇ ਆਇਆ ਹੋਵੇ। ਉਹ ਰੇਤ ਉੱਤੇ ਮੁੱਧੀ ਪਈ ਇੱਕ ਟੁੱਟੀ ਹੋਈ ਕਿਸ਼ਤੀ 'ਤੇ ਬੈਠ ਗਿਆ ਅਤੇ ਕੰਢੇ ਉੱਤੇ ਖੜ੍ਹਾ ਹੋ ਕੇ ਮੁੜਦੀਆਂ ਲਹਿਰਾਂ ਵੱਲ ਵੇਖਣ ਲੱਗਾ।